ਗੱਠਜੋੜ ਦੀ ਸੰਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਦੇ ਵਿੱਚ ਕੀ ਸੱਚਾਈ ਹੈ? ਸੱਚਾਈ ਆਹ ਹੈ ਜੀ ਵੀ ਅੱਜ ਦੇ ਦਿਨ ਅਸੀਂ 3 ਦਿਨਾਂ ਤੋਂ ਆਹ ਮੀਟਿੰਗ ਕਰ ਰਹੇ ਹਾਂ ਵੀ ਪੂਰਾ ਸਾਡੇ ਕੋਲ ਜਿੰਨਾ ਕੁ ਸਮਾਨ ਹੈ ਸਾਰਾ ਝੋਂਕਾਂਗੇ ਜੀ। ਪੂਰੀ ਤਿਆਰੀ 3 ਦਿਨਾਂ ਤੋਂ ਅਸੀਂ ਕੋਈ 2 ਜਾਂ 4 ਜਾਂ 6 ਸੀਟਾਂ ਜਾਂ 7 ਸੀਟਾਂ ਜਾਂ ਕਿਸੇ ਦੇ ਅਰੇਂਜਮੈਂਟ ਨਹੀਂ ਗਾ, ਅਸੀਂ 13 ਸੀਟਾਂ ਦੀ ਤਿਆਰੀ ਕਰਕੇ ਪੂਰੀ ਮੋਬਲਾਈਜੇਸ਼ਨ ਜਿਹੜੀ ਹੈ ਉਸਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਸਾਡੇ ਜਿਹੜੇ ਸਾਰੇ ਮੋਰਚੇ ਹੈ, ਚਾਹੇ ਯੂਥ ਵਿੰਗ ਹੈ, ਚਾਹੇ ਮਹਿਲਾ ਵਿੰਗ ਹੈ, ਚਾਹੇ SC ਵਿੰਗ ਹੈ, ਚਾਹੇ OBC ਵਿੰਗ ਹੈ, ਸਾਰੇ ਅਸੀਂ ਸਾਰਿਆਂ ਨੂੰ ਮੋਬਲਾਈਜ਼ ਵੀ ਕਰ ਕਰ ਤਾਂ ਹੀ ਆਹ ਜਿਹੜੀ ਗੌਰਮੈਂਟ ਦੀ ਸਕੀਮਸ ਹੈ ਗਰੀਬਾਂ, ਜਿਹੜਾ ਐਨ ਅਤੀ ਗਰੀਬ ਹੈ ਜਿਹਨੂੰ ਕੋਈ ਮੁਫਤ ਅਨਾਜ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਜਿਹੜਾ ਮੋਦੀ ਸਾਹਿਬ ਨੇ ਭੇਜਿਆ, ਕਿਸੇ ਨੂੰ ਕੋਈ ਮਕਾਨ ਕੋਈ ਮਿਲ ਰਿਹਾ ਕਿ ਨਹੀਂ, ਉਹਦੀ ਮਕਾਨ ਦੀ ਛੱਤ ਬਦਲ ਰਹੀ ਹੈ ਕਿ ਨਹੀਂ, ਉਹਨੂੰ ਪਾਣੀ ਦਾ ਕਨੈਕਸ਼ਨ ਮਿਲਿਆ ਕਿ ਨਹੀਂ ਮਿਲਿਆ, ਉਹਨੂੰ ਟੋਇਲਟ ਦੀ ਕੋਈ ਮਿਲਿਆ ਕਿ ਨਹੀਂ, ਕੋਈ ਜਿਹੜਾ ਜਿਹੜੇ ਹੈਗੇ ਆਪਣੇ ਵਿਸ਼ਵਕਰਮਾ ਸਕੀਮ ਦੇ ਤਹਿਤ ਉਹਨੂੰ ਕੋਈ ਪੈਸੇ ਰੁਜ਼ਗਾਰ ਵਾਸਤੇ ਚਾਹੀਦੇ ਹੈ, ਤਾਂ ਸੈਲਫ ਹੈਲਪ ਗਰੁੱਪ ਹੈ, ਚਾਹੇ ਡਰੋਨ ਹੈ ਜਿਹੜੇ ਨੈਨੋ ਸਪਰੇਅ ਕਰੀ ਜਾਂਦੇ ਆ ਯੂਰੀਆ, ਉਹ ਅਸੀਂ ਕੋਸ਼ਿਸ਼ ਕਰਕੇ ਲੋਕਾਂ ਤੱਕ ਜਾਵਾਂਗੇ। ਸਾਡੀ BJP ਪੰਜਾਬ ਦੀ ਯੂਨਿਟ 13 ਦੀ 13 ਸੀਟਾਂ ਲੜਨ ਦੀ ਪੂਰੀ ਤਿਆਰੀ ਕਰ ਰਹੀ ਹੈ, ਅਤੇ ਇਹਦਾ ਫੈਸਲਾ ਕਿਹਦੇ ਨਾਲ ਹੋਣਾ ਹੈ ਨਹੀਂ ਹੋਣਾ, ਆਹ ਫੈਸਲੇ ਨਾ ਤਾਂ ਜਲੰਧਰ ਹੋਣੇ ਨਾ ਹੀ ਚੰਡੀਗੜ੍ਹ ਹੋਣੇ, ਇਹ ਤਾਂ ਦਿੱਲੀ ਹੋਣਗੇ, ਦਿੱਲੀ ਦੇ ਉਸ ਲੈਵਲ 'ਤੇ ਹੋਣਗੇ ਪ੍ਰਧਾਨ ਮੰਤਰੀ ਜਾਂ ਸਾਡੇ BJP ਦੇ ਨੈਸ਼ਨਲ ਪ੍ਰੈਜੀਡੈਂਟ ਨੱਡਾ ਸਾਹਿਬ ਜਾਂ ਅਮਿਤ ਸ਼ਾਹ ਜੀ ਬੈਠ ਕੇ ਕੋਈ ਫੈਸਲਾ ਲੈਣਗੇ, ਪਰ ਸਾਡੀ ਤਿਆਰੀ ਹੋਣ ਦੇ ਦਿਨ 13 ਦੀ 13 ਸੀਟਾਂ ਦੀ।